ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿੱਥੇ ਕਾਫੀ ਬੇਜਵਾਨ ਜਾਨਵਰ ਜਿਹੜੇ ਸੜਕੇ ਸਵਾਹ ਹੋ ਗਏ ਨੇ। ਜਗ੍ਹਾ ਦੇ ਉੱਤੇ ਹਰ ਸਾਲ ਅੱਗ ਲੱਗਦੀ ਹੈ ਪਰ ਅੱਗ ਲੱਗਣ ਦੇ ਕਾਰਨ ਅਜੇ ਤੱਕ ਨਹੀਂ ਪਤਾ ਲੱਗੇ। ਇਹ 4:30 ਦੇ ਕਰੀਬ ਲੱਗ ਗਈ ਸੀ, 4:45 ਸਾਡੀ ਟੀਮ ਪਹੁੰਚ ਗਈ ਸੀ ਉਰੇ ਅੱਗ ਬੁਝਾਉਣ ਅਤੇ ਉਦੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਕਿੰਨੀਆਂ ਫਾਇਰ ਗੱਡੀਆਂ ਜਿਹੜੀਆਂ ਮੰਗਾਈਆਂ ਗਈਆਂ? ਉਹ 3 ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਸੀ ਪਹਿਲਾਂ ਅਤੇ ਉਹ ਅੰਦਰ ਨਹੀਂ ਐਂਟਰ ਕਰ। ਹਾਂ, ਇਹਦਾ ਕਾਰਨ ਰਾਹਗੀਰ ਵੀ ਹੋ ਸਕਦੇ ਹਨ, ਕੋਈ ਮੱਝਾਂ ਚਰਾਉਂਦੇ ਹਨ, ਕੋਈ ਦੁੱਧ ਕਰ, ਕੁਛ ਵੀ ਹੋ ਸਕਦਾ, ਇਹਦਾ ਅਸੀਂ ਕਾਰਨ ਬਾਅਦ 'ਚ ਪਤਾ ਕਰਾਂਗੇ। ਫਿਲਹਾਲ ਤਾਂ ਅਸੀਂ ਅੱਗ ਬੁਝਾਉਣ 'ਚ ਭੇਜੀ। ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿੱਥੇ ਕਿ ਕਾਫੀ ਬੇਜਵਾਨ ਜਾਨਵਰ ਜਿਹੜੇ ਸੜਕੇ ਸਵਾਹ ਹੋ ਗਏ ਨੇ। ਇਸ ਜਗ੍ਹਾ ਦੇ ਉੱਤੇ ਹਰ ਸਾਲ ਅੱਗ ਲੱਗਦੀ ਹੈ ਪਰ ਅੱਗ ਲੱਗਣ ਦੇ ਕਾਰਨ ਅਜੇ ਤੱਕ ਨਹੀਂ ਪਤਾ ਲੱਗੇ, ਪਰ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ। 3 ਵਜੇ ਤੋਂ ਕਰੀਬ ਦੱਸਿਆ ਜਾ ਰਿਹਾ, 3 ਵਜੇ ਤੋਂ ਜਿਹੜੀ ਅੱਗ ਲੱਗੀ ਹੋਈ ਹੈ। ਨਜ਼ਦੀਕ ਹੀ ਜਿਹੜੀਆਂ ਝੁੱਗੀ ਝੌਂਪੜੀ ਵਾਲੇ ਨੇ, ਨਾਲ ਹੀ ਆਈ ਐਸ ਕਲੋਨੀ ਹੈ ਜਿੱਥੇ ਕਿ ਉਹਨਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਸੀ, ਪਰ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਫਾਇਰ ਬ੍ਰਿਗੇਡ ਦੀ ਗੱਡੀਆਂ ਜਿਹੜੀਆਂ ਮੌਕੇ 'ਤੇ ਮੰਗਾਈਆਂ ਜਾ ਰਹੀਆਂ, ਪੁਲਿਸ ਪ੍ਰਸ਼ਾਸਨ ਅਤੇ ਨਾਲ ਜੰਗਲਾਤ ਭਾਗ ਦੇ ਅਧਿਕਾਰੀ ਪਹੁੰਚ ਚੁੱਕੇ ਨੇ। ਕਰਮਚਾਰੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ। ਤਸਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਦਾ ਦਿਖਾ ਰਹੇ ਹਾਂ, ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਬਾਹਰੋਂ ਆ ਰਹੇ ਸੀ ਤਾਂ ਸਾਨੂੰ ਜਦੋਂ ਪਤਾ ਲੱਗਦਾ ਅਚਾਨਕ ਤਾਂ ਅਸੀਂ ਵੀ ਇਸ ਮੌਕੇ ਕਵਰੇਜ ਕਰਨ ਵਾਸਤੇ ਜਿਹੜੇ ਪਹੁੰਚੇ ਹਾਂ। ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਚੁੱਕੇ ਨੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬੜੀ ਮੁਸ਼ਕਲ ਦੇ ਨਾਲ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਸ ਅੱਗ ਦੇ ਵਿੱਚ ਜਿੱਥੇ ਕਾਫੀ ਬੇਜਵਾਨ ਜਾਨਵਰ ਵੀ ਮਰਨਗੇ, ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਜੰਗਲ ਏਰੀਆ ਨੂੰ ਇਸ ਨੂੰ ਅੱਗ ਲਾ ਕੇ ਕਾਫੀ ਵੱਡਾ ਨੁਕਸਾਨ ਜਿਹੜਾ ਹੁੰਦਾ ਨਜ਼ਰ ਆ ਰਿਹਾ ਸੀ। ਪਰ ਮੌਕੇ 'ਤੇ ਅਧਿਕਾਰੀਆਂ ਦੀ ਟੀਮ ਪਹੁੰਚੀ ਹੋਈ ਹੈ ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਈਆਂ ਗਈਆਂ ਨੇ, ਪਰ ਆਪਣੇ ਹੱਥਾਂ ਦੇ ਨਾਲ ਵੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਇਸ ਅੱਗ ਨੂੰ ਬੁਝਾਇਆ ਜਾਵੇ, ਕਿਉਂਕਿ ਇਹ ਅੱਗ ਅੱਗੇ ਵੱਧਦੀ ਵੱਧਦੀ ਸ਼ਹਿਰ ਵੱਲ ਜਾ ਰਹੀ ਹੈ ਜਿੱਥੇ ਕਿ ਮੁੱਲਾਂਪੁਰ ਗਰੀਬਦਾਸ ਦੇ ਲੋਕਾਂ ਦੇ ਵਿੱਚ ਇੱਕ ਖੌਫ ਦਾ ਮਾਹੌਲ ਬਣ ਗਿਆ ਤਾਂ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰਾਂ ਤੱਕ ਇਹ ਅੱਗ ਨਾ ਪਹੁੰਚ ਸਕੇ। ਪਰ ਜਿੱਥੇ ਤੱਕ ਅਧਿਕਾਰੀਆਂ ਦੀ ਗੱਲ ਕਰੀਏ, ਤੁਸੀਂ ਦੇਖੋ ਕਿ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਨੇ, ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਨੇ, ਤਾਂ ਮਿੱਟੀ ਪਾ ਕੇ ਕਈ ਜਗ੍ਹਾ ਹੋਰ ਤਰੀਕੇ ਦੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਤੁਹਾਨੂੰ ਮੁੱਲਾਂਪੁਰ ਗਰੀਬਦਾਸ ਦੀ ਦਿਖਾ ਰਹੇ ਹਾਂ ਜਿੱਥੇ ਕਿ ਨਦੀ ਦੇ ਵਿੱਚ ਜੋ ਕਿ ਝੂਣ ਸਰਕਟ ਖੜਿਆ ਹੋਇਆ ਸੀ, ਕਾਫੀ ਜਿਹੜੇ ਪੇੜ ਸੀ ਉਹਨਾਂ ਨੂੰ ਵੀ ਅੱਗ ਲੱਗੀ ਹੈ। ਦਿਨ ਦੀ ਦੱਸਿਆ ਜਾ ਰਿਹਾ ਕਿ ਦਿਨ ਦੇ ਵਿੱਚ ਜਿਹੜੀ ਅੱਗ ਇਹ ਲੱਗੀ ਸੀ, ਪਰ ਅਜੇ ਤੱਕ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ, ਭਾਵੇਂ ਕਿ ਕਾਫੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀ ਲੱਗੇ ਹੋਏ ਨੇ ਇਸ ਮੌਕੇ। ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ, ਕਿਉਂਕਿ ਇਸ ਅੱਗ ਦੇ ਕਾਰਨ ਜਿਹੜੇ ਕਾਫੀ ਬੇਜਵਾਨ ਜਾਨਵਰ ਵੀ ਮਰੇ ਹੋਣਗੇ, ਕਾਫੀ ਜਿਹੜਾ ਨੁਕਸਾਨ ਜਗ੍ਹਾ ਉੱਤੇ ਨਦੀ ਦੇ ਵਿੱਚ ਖੜ੍ਹੇ ਝੂਣ ਸਰਕਟ ਅਤੇ ਨਾਲ ਹੋਰ ਕਿਹੜੇ ਜਿਹੜੇ ਦਰੱਖਤ ਨੇ ਉਹਨਾਂ ਨੂੰ ਵੀ ਆਇਆ। ਪਰ ਜੰਗਲਾਤ ਵਿਭਾਗ ਦੇ ਅਧਿਕਾਰੀ ਜਿਹੜੇ ਮੌਕੇ ਪਹੁੰਚੇ ਹੋਏ ਨੇ, ਪਰ ਕਿੰਨੀਆਂ ਫਾਇਰ ਗ੍ਰੇਡ ਦੀਆਂ ਗੱਡੀਆਂ ਜਗ੍ਹਾ 'ਤੇ ਮੰਗਾਉਣੀਆਂ ਪਈਆਂ ਉਹ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਰੇਂਜ ਅਫਸਰ ਜਿਹੜੇ ਮੌਕੇ ਪਹੁੰਚੇ ਹੋਏ ਨੇ, ਗਾਰਡ ਇਸ ਜਗ੍ਹਾ ਉੱਤੇ ਪਹੁੰਚੇ ਹੋਏ ਨੇ। ਤਾਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਂਬੜ ਮੱਚਦੇ ਨਜ਼ਰ ਤੁਹਾਨੂੰ ਆਉਣਗੇ, ਪਰ ਅੱਗ ਦੇ ਬਿਲਕੁਲ ਨਜ਼ਦੀਕ ਜਾਣਾ ਵੀ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਇੱਦਾਂ ਦੇ ਸਮੇਂ ਦੇ ਵਿੱਚ, ਕਿਉਂਕਿ ਕਾਫੀ ਜਿਹੜੀ ਅੱਗ ਹੈ ਭਾਂਬੜ ਮੱਚਦੇ ਨਜ਼ਰ ਆ ਰਹੇ ਨੇ। ਪਰ ਕਿਸ ਤਰੀਕੇ ਦੇ ਨਾਲ ਅੱਗ ਦੇ ਕਾਬੂ ਪਾਉਣ ਦੀ ਜਿਹੜੇ ਕੋਸ਼ਿਸ਼ ਲਗਾਤਾਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਰੀ ਨੇ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਉਣ ਵਾਸਤੇ ਲਗਾਤਾਰ ਕਾਲ 'ਤੇ ਕਾਲ ਜਿਹੜੀ ਕੀਤੀ ਜਾ ਰਹੀ ਹੈ ਕਿ ਇਸ ਜਗ੍ਹਾ ਉੱਤੇ ਪਰ ਰਾਸਤੇ ਦੇ ਨਾ ਹੋਣ ਕਾਰਨ ਜਿਹੜਾ ਕਾਬੂ ਜਿਹੜਾ ਜਲਦੀ ਨਹੀਂ ਪਾਇਆ ਜਾ ਸਕਦਾ। ਪਰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ।
ਕਿਉਂਕਿ ਮੁੱਲਾਂ ਫਰੀਦਾਬਾਦ ਦੇ ਵਿੱਚ ਪਹਿਲੀ ਵਾਰ ਨਹੀਂ, ਹਰ ਸਾਲ ਹੀ ਜਿਹੜੀ ਇਸ ਜਗ੍ਹਾ 'ਤੇ ਅੱਗ ਲੱਗਦੀ ਹੈ। ਪਰ ਅੱਗ ਲੱਗਣ ਦੇ ਕਾਰਨ ਜਿਹੜੇ ਕਈ ਲੋਕਾਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਦੱਸੇ ਜਾਂਦੇ ਨੇ ਕਿ ਕੋਈ ਕਹਿੰਦਾ ਕਿ ਕੋਈ ਰਾਹਗੀਰ ਵੀ ਲਗਾ ਸਕਦਾ ਜਾਂ ਫਿਰ ਕੋਈ ਬੀੜੀ ਸਿਗਰਟ ਵਾਲਾ ਜਿਹੜਾ ਯੂਜ਼ ਕਰਦਾ ਤਾਂ ਉਹ ਵੀ ਜਿਹੜਾ ਇਸ ਜਗ੍ਹਾ ਦੇ ਉੱਤੇ ਇਸ ਤਰੀਕੇ ਦੀ ਹਰਕਤ ਜਿਹੜੀ ਕਰ ਜਾਂਦਾ। ਪਰ ਕਾਫੀ ਜਿਹੜੇ ਗਾਵਾਂ ਵਾਲੇ ਹੁੰਦੇ ਨੇ, ਮੱਝਾਂ ਵਾਲੇ ਹੁੰਦੇ ਨੇ, ਉਹਨਾਂ ਦੇ ਉੱਤੇ ਵੀ ਕਾਫੀ ਲੋਕਾਂ ਦੇ ਜਿਹੜੇ ਸਵਾਲ ਖੜ੍ਹੇ ਹੁੰਦੇ ਨੇ ਕਿ ਉਹ ਵੀ ਜਿਹੜੇ ਜੰਗਲ ਏਰੀਏ ਜਦੋਂ ਆਉਂਦੇ ਨੇ ਤਾਂ ਉਹ ਚਾਹ ਪਾਣੀ ਦਾ ਜਿਹੜਾ ਪ੍ਰੋਗਰਾਮ ਇਸ ਜਗ੍ਹਾ 'ਤੇ ਬਣਾਉਂਦੇ, ਉਸ ਤੋਂ ਬਾਅਦ ਜਾ ਕੇ ਇਹ ਜਿਹੜਾ ਇਹ ਅੱਗ ਜਿਹੜੀ ਲੱਗਦੀ ਹੈ। ਤਾਂ ਇਹ ਦੇਖੋ ਤੁਸੀਂ ਮੌਕੇ ਦੇ ਅਧਿਕਾਰੀ ਜਿਹੜੇ ਰੇਂਜ ਅਫਸਰ ਨੇ ਸਤਿੰਦਰ ਸਿੰਘ, ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਆਪਣੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ, ਕਿਉਂਕਿ ਉਸ ਜਗ੍ਹਾ 'ਤੇ ਗੱਡੀਆਂ ਜਿਹੜੀਆਂ ਨਹੀਂ ਆ ਸਕਦੀਆਂ, ਪਰ ਕਿਸ ਤਰੀਕੇ ਦੇ ਨਾਲ ਉਹ ਆਪਣੇ ਤਰੀਕੇ ਦੇ ਨਾਲ ਇਹਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਤਾਂ ਇਸ ਕੁਸ਼ਚਨ ਦੇ ਵਿੱਚ ਕਿੰਨੀ ਕੁ ਮੁਸਤੈਦੀ ਜਿਹੜੀ ਹੋਰ ਵਰਤਣੀ ਪੈ ਰਹੀ ਹੈ, ਤਾਂ ਰੇਂਜ ਅਫਸਰ ਸਤਿੰਦਰ ਸਿੰਘ ਸਾਡੇ ਨਾਲ ਨੇ। ਸਰ, ਜਿਹੜੀ ਇਹ ਅੱਗ ਲੱਗੀ ਹੈ, ਕਿੰਨੇ ਕੁ ਵਜੇ ਦੀ ਅੱਗ ਲੱਗੀ ਹੋਈ ਹੈ ਅਤੇ ਕਦੋਂ ਤੁਹਾਨੂੰ ਪਤਾ ਲੱਗਦਾ ਹੈ? ਇਹ 4:30 ਦੇ ਕਰੀਬ ਲੱਗ ਗਈ ਸੀ, 4:45 ਸਾਡੀ ਟੀਮ ਪਹੁੰਚ ਗਈ ਸੀ ਉਰੇ ਅੱਗ ਬੁਝਾਉਣ, ਅਤੇ ਉਦੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਕਿੰਨੀਆਂ ਕੁ ਫਾਇਰ ਗੱਡੀਆਂ ਜਿਹੜੀਆਂ ਮੰਗਾਈਆਂ ਗਈਆਂ ਹੁਣ? ਉਹ 3 ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਸੀ ਨੂੰ ਪਹਿਲਾਂ, ਅਤੇ ਉਹ ਅੰਦਰ ਨਹੀਂ ਐਂਟਰ ਕਰ ਸਕਦੀਆਂ, ਇਸ ਕਰਕੇ ਫਾਇਰ ਗ੍ਰੇਡ ਦੀਆਂ ਗੱਡੀਆਂ ਜਿਹੜੀਆਂ ਆਈ ਐੱਸ ਆਈ ਪੀ ਕਲੋਨੀ ਉੱਧਰ ਖੜੀਆਂ ਹਨ, ਅਤੇ ਜਦੋਂ ਅਗਰ ਕਲੋਨੀ ਸਾਈਡ ਅੱਗ ਉੱਧਰ ਫੈਲਦੀ ਹੈ ਤਾਂ ਉਸ ਸਾਈਡ ਉਸ ਤਰਫ ਉਹ ਬੁਝਾ ਦੇਣਗੇ ਉਸ ਸਾਈਡ। ਅੱਛਾ, ਕੋਈ ਜਿਸ ਤਰੀਕੇ ਨਾਲ ਅੱਗ ਦਾ ਕਾਰਨ ਪਤਾ ਲੱਗਿਆ ਕਿ ਕਿਸ ਕਾਰਨ ਜਿਹੜੀ ਅੱਗ ਲੱਗੀ? ਹਾਂ, ਇਹਦਾ ਕਾਰਨ ਰਾਹਗੀਰ ਵੀ ਹੋ ਸਕਦੇ ਹਨ, ਕੋਈ ਮੱਝਾਂ ਚਰਾਉਂਦੇ ਹਨ, ਕੋਈ ਦੁੱਧ ਕਰਨ, ਕੁਛ ਵੀ ਹੋ ਸਕਦਾ, ਇਹਦਾ ਅਸੀਂ ਕਾਰਨ ਬਾਅਦ 'ਚ ਪਤਾ ਕਰਾਂਗੇ, ਫਿਲਹਾਲ ਤਾਂ ਅਸੀਂ ਅੱਗ ਬੁਝਾਉਣ 'ਚ ਬਿਜ਼ੀ ਹਾਂ। ਅੱਛਾ, ਜਿਸ ਤਰੀਕੇ ਹਰ ਸਾਲ ਅੱਗ ਲੱਗਦੀ ਹੈ, ਹਰ ਸਾਲ ਹੀ ਜਿਹੜਾ ਕਾਫੀ ਬੇਜਵਾਨ ਜਾਨਵਰ ਨੇ ਜਾਂ ਫਿਰ ਤੁਹਾਡਾ ਝੂਣ ਸਰਕਟ ਜਿਹੜਾ ਜਾਂ ਕੋਈ ਦਰਖਤ ਨੇ ਜਿਹੜੇ ਤੁਹਾਡੇ ਜੰਗਲਾਤ ਭਾਗ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਭਾਰੀ ਨੁਕਸਾਨ ਹੁੰਦਾ, ਤਾਂ ਇਸਦਾ ਕੋਈ ਢੁੱਕਵੇਂ ਕਾਰਨ ਜਾਂ ਫਿਰ ਕੋਈ ਫਾਇਰ ਗ੍ਰੇਡ ਦੀ ਗੱਡੀ ਤੁਹਾਡੇ ਵੱਲੋਂ ਕੋਈ ਮੌਜੂਦਾ ਇਸ ਜਗ੍ਹਾ 'ਤੇ ਖੜਾਉਣ ਦੀ ਅੱਗੇ ਵਾਸਤੇ ਲਿਖ ਕੇ ਦਿੱਤੀ ਅਧਿਕਾਰੀਆਂ ਨੂੰ? ਨਹੀਂ, ਐਕਚੁਅਲੀ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਸਾਡੇ ਕੋਲ ਆਲਰੇਡੀ ਹੈਗੀ ਹੈ, ਅਤੇ ਜਦੋਂ ਅਸੀਂ ਫੋਨ ਕਰਦੇ ਹਾਂ ਫਾਇਰ ਸਟੇਸ਼ਨ ਤੋਂ ਵੀ ਗੱਡੀ ਆ ਜਾਂਦੀ ਹੈ, ਪਰ ਰੇਤਾ ਹੋਣ ਕਰਕੇ ਉਰੇ ਅੰਦਰ ਫਾਇਰ ਗੱਡੀ ਐਂਟਰ ਕਰਨਾ ਪੋਸੀਬਲ ਨਹੀਂ ਹੈ, ਇਸ ਕਰਕੇ ਜਿਹੜੀ ਹੈਗੀ ਹੈ ਅਤੇ ਮੈਨੂਅਲੀ ਜਿਹੜੀ ਹੈ ਹੁਣ ਅੱਗ ਬੁਝਾਉਣ ਲੱਗੇ ਹੋਏ ਹਨ, ਅਤੇ ਹੁਣ ਥੋੜ੍ਹੀ 5 ਮਿੰਟ ਤੱਕ ਇਹ ਕਾਬੂ ਵੀ ਆ ਜਾਏਗੀ। ਬਿਲਕੁਲ, ਤੁਸੀਂ ਦੇਖੋ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਾ ਰਹੀਆਂ ਨੇ, ਪਰ ਮੌਕੇ ਤੁਸੀਂ ਦੇਖੋ ਕਿ ਜਿਹੜੇ ਹਮੇਸ਼ਾ ਕਿਹਾ ਜਾਂਦਾ ਕਿ ਲੇਡੀਜ਼ ਜਿਹੜੀ ਪਿੱਛੇ ਰਹਿ ਜਾਂਦੇ, ਪਰ ਕਿਤੇ ਨਾ ਕਿਤੇ ਤੁਸੀਂ ਦੇਖੋ ਕਿ ਲੇਡੀ ਗਾਰਡ ਨੇ ਜਿਹੜੇ ਉਹ ਵੀ ਜਿਹੜੇ ਇਸ ਜਗ੍ਹਾ ਪਹੁੰਚੇ ਨੇ। ਮੈਨੂੰ ਕਿੰਨੀ ਦੇਰ ਤੋਂ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ, ਅਸੀਂ ਤੁਹਾਡੇ ਹੱਥ 'ਚ ਦੇਖਿਆ ਕਿ ਇਸ ਯੰਤਰ ਦੇ ਨਾਲ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਅੱਗ ਬੁਝਾਈ ਜਾ ਸਕੇ? ਹਾਂਜੀ, ਪਿਛਲੇ ਲਗਭਗ 3-4 ਘੰਟੇ ਤੋਂ ਅਸੀਂ ਕੰਟੀਨਿਊਸਲੀ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੀ। ਕਾਰਨ ਲੱਗਿਆ ਪਤਾ ਕੀ, ਕਿਸ ਤਰੀਕੇ ਦੇ ਨਾਲ? ਕਾਰਨ ਜੀ, ਇੱਥੇ ਮੈਂ ਆਸ ਪਾਸ ਜਿਹੜੇ ਮੱਝਾਂ ਚਾਰਨ ਵਾਲੇ ਹੈਗੇ ਉਹਨਾਂ ਨੂੰ ਪੁੱਛਿਆ ਸੀਗਾ, ਉਹਨਾਂ ਨੇ ਕਿਹਾ ਮੈਡਮ ਕੁਛ ਨਸ਼ੇੜੀ ਮੁੰਡੇ ਜਿਹੜੇ ਆ ਕੇ ਇੱਥੇ ਲੋਕ ਨਸ਼ਾ ਕਰਦੇ ਹੈਗੇ ਨੇ, ਬੀੜੀ ਵਗੈਰਾ ਪੀਂਦੇ ਨੇ, ਜਾਂ ਜਿਹੜੇ ਮੱਝਾਂ ਚਲਾਉਂਦੇ ਨੇ ਉਹ ਚਾਹ ਵਗੈਰਾ ਬਣਾ ਕੇ ਇੱਥੇ ਪੀਂਦੇ ਨੇ, ਉਹੀ ਕਾਰਨ ਹੈ ਇੱਥੇ। ਅੱਛਾ, ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਸੀ ਤੁਹਾਡੇ ਨਾਲ ਗੱਲਬਾਤ, ਰਾਬਤਾ ਕੋਈ ਕਾਇਮ ਕੀਤਾ ਹੋਇਆ? ਪਹੁੰਚੇ ਹੋਏ ਸੀਗੇ ਮੌਕੇ 'ਤੇ, ਗੱਡੀ ਖੜੀ ਸੀਗੀ ਪਰ ਉਹਨਾਂ ਨਾਲ ਮੇਰੀ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਅਸੀਂ ਅੱਗੇ ਆ ਗਏ ਸੀਗੇ। ਅੱਛਾ, ਕਿਸੇ ਨੂੰ ਜਾਨੀ ਮਾਲੀ ਨੁਕਸਾਨ ਦਾ ਤਾਂ ਨਹੀਂ ਕੋਈ ਸਾਹਮਣੇ ਆਇਆ? ਕੋਈ ਨਹੀਂ, ਕੋਈ ਜਾਨੀ ਮਾਲੀ ਨੁਕਸਾਨ, ਘਰ ਵਗੈਰਾ ਨਜ਼ਦੀਕ ਹੋ ਜਾਏ, ਝੁੱਗੀ ਝੌਂਪੜੀਆਂ? ਹਾਂ, ਝੁੱਗੀ ਝੌਂਪੜੀਆਂ ਨਜ਼ਦੀਕ ਹੈ ਜੀ, ਪਰ ਉਹਨਾਂ ਤੋਂ ਪਿੱਛੇ ਹੈ ਥੋੜ੍ਹੀ ਅੱਗ ਨਾ। ਹਾਂਜੀ, ਪਹਿਲਾਂ ਹੀ ਉਹਦੇ 'ਤੇ ਕਾਬੂ ਪਾ ਲਿਆ ਗਿਆ, ਉਸ ਸਾਈਡ ਵੱਲੋਂ ਅਸੀਂ ਪਹਿਲਾਂ ਕੰਟਰੋਲ ਕੀਤੀ ਸੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਬਿਲਕੁਲ, ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ, ਪਰ ਇਸ ਕੋਸ਼ਿਸ਼ਾਂ ਦੇ ਵਿੱਚ ਤੁਸੀਂ ਦੇਖੋ ਕਿ ਮੌਕੇ 'ਤੇ ਜਿਹੜੇ ਕਰਮਚਾਰੀ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿਸ ਤਰੀਕੇ ਨਾਲ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। ਪਰ ਜਿਹੜਾ ਇਸ ਜਗ੍ਹਾ ਉੱਤੇ ਕਾਫੀ ਝੂਣ ਸਰਕਟ ਹੈ, ਅਸੀਂ ਵੀ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਅੱਗ ਬੁਝਾਉਣ ਦੀ ਕੋਸ਼ਿਸ਼ ਅਸੀਂ ਵੀ ਕਰੀਏ, ਕਿਉਂਕਿ ਇਸ ਜਗ੍ਹਾ ਦੇ ਉੱਤੇ ਬੇਜਵਾਨ ਜਾਨਵਰਾਂ ਨੂੰ ਬਚਾਉਣ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਕਿਸੇ ਦੀ ਜਾਨ ਜਿਹੜੀ ਭਾਵੇਂ ਕੋਈ ਜਾਨਵਰ ਹੈ ਭਾਵੇਂ ਕੋਈ ਇਨਸਾਨ ਹੈ ਉਸਦੀ ਜਾਨ ਨਾ ਜਾਵੇ, ਕਿਉਂਕਿ ਇਸ ਤੋਂ ਅੱਗੇ ਜਾ ਕੇ ਜੇ ਆਪਾਂ ਗੱਲ ਕਰੀਏ ਤਾਂ ਕੁਝ ਕੁ ਦੂਰੀ ਦੇ ਉੱਤੇ ਜਿਹੜੀਆਂ ਝੁੱਗੀ ਝੌਂਪੜੀ ਵਾਲੀਆਂ ਝੋਗੀਆਂ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਖਤਰਾ ਹੋ ਸਕਦਾ, ਪਰ ਉਸ ਤੋਂ ਪਹਿਲਾਂ ਹੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ
ਉਹ ਕੋਸ਼ਿਸ਼ ਕਰ ਰਹੇ ਨੇ, ਲਗਾਤਾਰ ਜਾਰੀ ਨੇ। ਇਸ ਤੋਂ ਕਰਮਚਾਰੀ ਪਹੁੰਚੇ ਹੋਏ ਨੇ ਰੇਂਜ ਅਫਸਰ ਦੀ ਜਿਹੜੀ ਅਗਵਾਈ ਦੇ ਵਿੱਚ, ਜਿੱਥੇ ਵੱਡੇ ਵੱਡੇ ਅਫਸਰ ਜਿਹੜੇ ਸਿਗੋ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ, ਕਿਉਂਕਿ ਕਰਮਚਾਰੀਆਂ ਦੀ ਜਿਹੜੀ ਡਿਊਟੀ ਲਗਾ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਇਹ ਅੱਗ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਤਾਂ ਜਿਹੜੀਆਂ ਫਾਇਰ ਦੀਆਂ ਗੱਡੀਆਂ ਨੇ, ਜਿੱਦਾਂ ਰੇਂਜ ਅਫਸਰ ਦੇ ਵੱਲੋਂ ਦੱਸਿਆ ਗਿਆ ਕਿ 3 ਗੱਡੀਆਂ ਜਿਹੜੀਆਂ ਹੁਣ ਤੱਕ ਮੰਗਾ ਚੁੱਕੀਆਂ, ਪਰ ਰਾਸਤਾ ਨਾ ਹੋਣ ਦੀ ਵਜ੍ਹਾ ਕਾਰਨ ਜਿਹੜਾ ਉਸ ਜਗ੍ਹਾ ਉੱਤੇ ਗੱਡੀਆਂ ਨਹੀਂ ਪਹੁੰਚ ਸਕਦੀਆਂ, ਪਰ ਆਪਣੇ ਹੱਥਾਂ ਦੇ ਨਾਲ ਹੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਸ ਅੱਗ ਨੂੰ ਹੋਰ ਅੱਗੇ ਵਧਣਾ ਚਾਹੀਦਾ। ਪਰ ਭਾਂਬੜ ਲਗਾਤਾਰ ਜਿਹੜੇ ਜਾਰੀ ਨੇ, ਕਿਉਂਕਿ ਸੁੱਕਾ ਜਿਹੜਾ ਸਰਕਟ ਜੇ ਆਪਾਂ ਗੱਲ ਕਰੀਏ, ਝੂਣ ਸਰਕਟ ਜਿਹੜਾ ਇਹ ਬਣਿਆ ਹੋਇਆ, ਤਾਂ ਉਸ ਦੇ ਵਿੱਚ ਜਿਹੜੀ ਅੱਗ ਦੀਆਂ ਭਾਂਬੜ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਮਜ਼ੇ ਨਜ਼ਰ ਆ ਰਹੇ ਨੇ। ਤਾਂ ਇਸ ਜਗ੍ਹਾ ਉੱਤੇ ਜਿਹੜੇ ਦਰਖਤ ਨੇ ਜਾਂ ਫਿਰ ਬੇਜਵਾਨ ਜਾਨਵਰ ਨੇ, ਇਸ ਜਗ੍ਹਾ ਉੱਤੇ ਸੜਕੇ ਸਵਾਹ ਹੋ ਚੁੱਕੇ ਨੇ, ਪਰ 3 ਵਜੇ ਤੋਂ ਲੈ ਕੇ ਹੁਣ ਤੱਕ ਕੋਸ਼ਿਸ਼ਾਂ ਜਾਰੀ ਨੇ। ਤਾਂ ਪੁਰੀ ਸਾਹਿਬ, ਜਿਹੜੀ ਇਹ ਅੱਗ ਹੈ, ਦਸਿਆਂ ਦਾ ਹਰ ਸਾਲ ਲੱਗਦੀ ਹੈ, ਪਰ ਮੁੱਖ ਕਾਰਨਾਂ ਦਾ ਨਹੀਂ ਪਤਾ ਲੱਗਦਾ ਕੀ ਕਾਰਨ ਲੱਗਦਾ ਕਿ ਅੱਜ ਵੀ ਜਿਹੜੀ ਅੱਗ ਨੇ ਪੂਰੇ ਭਾਂਬੜ ਮਚਾ ਦਿੱਤੇ, ਬੇਜਵਾਨ ਜਾਨਵਰ ਜਿਹੜੇ ਸੜਕੇ ਸਵਾਹ ਕਰ ਦਿੱਤੇ। ਐਕਚੁਅਲ ਦੇਖੋ, ਇਹ ਹਰ ਸਾਲ ਲੱਗਦੀ ਹੈ, ਵੈਸੇ ਤਾਂ ਇਹ ਜ਼ਿਆਦਾਤਰ ਗਰਮੀ ਦੇ ਮਹੀਨਿਆਂ 'ਚ, ਪਰ ਜਿਸ ਤਰ੍ਹਾਂ ਕੋਈ ਲੰਘਦਾ ਰਾਹਗੀਰ ਇਸ ਕੱਚੇ ਰਸਤਿਆਂ ਤੋਂ, ਕੋਈ ਬੀੜੀ ਸਿਗਰਟ ਗਿਰ ਗਿਆ, ਜਾਂ ਕੋਈ ਸੁਣਨ 'ਚ ਆਇਆ ਵੀ ਇੱਥੇ ਚੁੱਲ੍ਹੇ ਚਾਲੇ ਵੀ ਬਣਾਏ ਆ ਲੋਕਾਂ ਨੇ, ਅਤੇ ਕਿਸੇ ਨਾ ਕਿਸੇ ਕਾਰਨ ਤੋਂ ਇਹ ਅੱਗ ਭੜਕੀ ਹੈ। ਮੇਰੇ ਖਿਆਲ ਇਹ ਤਾਂ ਕਾਫੀ ਦੇਰ ਤੋਂ ਲੱਗੀ, ਪਰ ਤੁਹਾਡੇ ਮਾਧਿਅਮ ਤੋਂ ਸਾਰਿਆਂ ਦੇ ਹੁਣ ਪਤਾ ਲੱਗਿਆ ਸੀ, ਤਾਂ ਅਸੀਂ ਵੀ ਇੱਥੇ ਆਏ ਡਿਪਾਰਟਮੈਂਟ ਫੋਰੈਸਟ ਵਾਲੇ, ਔਰ ਫਾਇਰ ਬ੍ਰਿਗੇਡ ਇੱਥੇ ਆ ਨਹੀਂ ਸਕਦੀ ਹੈ, ਕਿਉਂਕਿ ਰਸਤਿਆਂ ਦਾ ਬੁਰਾ ਹਾਲ ਹੈ, ਮਾਈਨਿੰਗ ਕਰਕੇ ਬੁਰਾ ਹਾਲ ਕੀਤਾ ਹੈ, ਰਾਤ ਨੂੰ ਵੱਡੇ ਪੱਧਰ 'ਤੇ ਮਾਈਨਿੰਗ ਹੁੰਦੀ ਹੈ, ਔਰ ਇਹ ਸਾਰਾ ਹੋਣ ਦੇ ਬਾਵਜੂਦ ਇਹ ਦੇਖੋ ਕਿੰਨਾ ਸਰਕੰਡਾ, ਕਿੰਨੀ ਇਹ ਵੱਡੇ ਵੱਡੇ ਦਰਖਤ ਹੈ ਇੰਨੇ ਸਾਲਾਂ ਤੋਂ, ਔਰ ਸਭ ਤੋਂ ਬੜਾ ਹੈ ਵੀ ਉਹ ਜੀਵ ਜੰਤੂਆਂ ਨੂੰ ਇਹਦਾ ਨੁਕਸਾਨ ਹੈ, ਸਾਡੀ ਸਿਹਤ ਨੂੰ ਨੁਕਸਾਨ ਹੈ। ਦੇਖੋ ਪੋਲਿਊਸ਼ਨ ਕਿੰਨਾ ਗੰਦਾ ਧੂੰਆਂ ਅਸਮਾਨ 'ਚ ਫੈਲ ਚੁੱਕਿਆ, ਔਰ ਬੜੀ ਦੂਰ ਤੱਕ ਗਈ ਹੈ। ਇੱਧਰ IAS ਕਲੋਨੀ ਹੈ, ਇੱਧਰ ਏਅਰਫੋਰਸ ਸਟੇਸ਼ਨ ਹੈ, ਔਰ ਇੱਧਰ ਕਲੋਨੀ ਹੈ ਮੁੱਲਾਂਪੁਰ ਦਾ ਮੇਨ ਏਰੀਆ ਆ ਜਾਂਦਾ। ਅੱਛਾ ਪੁਲਿਸ ਸਾਹਿਬ, ਹਮੇਸ਼ਾ ਤੁਹਾਡੀ ਵੀ ਕੋਸ਼ਿਸ਼ ਰਹੀ ਹੈ ਕਿ ਅਧਿਕਾਰੀਆਂ ਅੱਗੇ ਲਿਖ ਕੇ ਦੇਣਾ ਕਿ ਕਸਬਾ ਮੁੱਲਾਂਪੁਰ ਦਾ ਤਾਂ ਬਹੁਤ ਵੱਡਾ ਹੋ ਗਿਆ, ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਮੌਜੂਦ ਹੋਣੀ ਚਾਹੀਦੀ ਹੈ। 40 ਸਾਲ 'ਚ ਮੇਰੇ ਖਿਆਲ 40,000 ਵਾਰ ਲਿਖ ਕੇ ਦੇ ਚੁੱਕੇ ਹਾਂ ਵੀ ਇੱਥੇ ਫਾਇਰ ਸਟੇਸ਼ਨ ਬਣਾਇਆ ਜਾਵੇ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਵੇਲੇਬਲ ਹੋਣੀਆਂ ਚਾਹੀਦੀਆਂ, ਪਰ ਨਹੀਂ, ਇੱਥੇ ਜਦੋਂ ਵੀ ਕੋਈ ਅੱਗ ਲੱਗਦੀ ਹੈ ਤਾਂ ਬਹੁਤ ਦੂਰੋਂ ਮੋਹਾਲੀ ਤੋਂ ਜਾਂ ਫਿਰ ਕਿਤੇ ਐਮਰਜੈਂਸੀ 'ਚ ਏਅਰਫੋਰਸ ਸਟੇਸ਼ਨ ਤੋਂ ਵੀ ਆ ਜਾਂਦੀਆਂ, ਜਿੱਥੇ ਕਿਤੇ ਗੱਡੀ ਪਹੁੰਚ ਸਕਦੀ ਹੈ ਉਹ ਸਭ ਤੋਂ ਪਹਿਲਾਂ ਆ ਜਾਂਦੇ ਆ ਏਅਰਫੋਰਸ ਸਟੇਸ਼ਨ ਮੁੱਲਾਂਪੁਰ ਵਾਲੇ। ਲੱਗ ਰਿਹਾ ਕਿ ਹੁਣ ਜਿਹੜੇ ਇਸੇ ਕਰਮਚਾਰੀ ਨੇ, ਅਧਿਕਾਰੀ ਨੇ, ਉਹਨਾਂ ਵੱਲੋਂ ਕਾਬੂ ਪਾਇਆ ਜਾ ਰਿਹਾ, ਭਾਵੇਂ ਗੱਡੀਆਂ ਅੱਗੇ ਨਹੀਂ ਪਹੁੰਚੀਆਂ। ਹਾਂ, ਇਹ ਚਲੋ ਇਹਨਾਂ ਨੇ ਹਿੰਮਤ ਕੀਤੀ ਹੈ, ਫੋਰੈਸਟ ਡਿਪਾਰਟਮੈਂਟ ਦੀ ਟੀਮ ਨੇ ਕਾਫੀ ਹਿੰਮਤ ਕਰਕੇ, ਹਾਂਜੀ, ਮੈਕਸੀਮਮ ਮੇਰੇ ਖਿਆਲ ਏਰੀਆ ਜਿਹੜਾ ਹੈ ਉਹ ਦਬਾ ਲਈ ਹੈ, ਹਾਂ, ਅੱਗ ਜਿਹੜੀ ਦਬ ਗਈ ਹੈ, ਪਰ ਅਜੇ ਵੀ ਕੋਈ ਭਰੋਸਾ ਨਹੀਂ ਹੈ। ਰਾਤ ਦਾ ਟਾਈਮ ਹੈ, ਇਹ ਜੇ ਰਾਤ ਨੂੰ ਕਿਤੇ ਵੀ ਭੜਕਦੀ ਹੈ ਥੋੜ੍ਹੀ ਜਿਹੀ ਵੀ, ਤਾਂ ਬਹੁਤ ਦੂਰ ਤੱਕ ਇਹ ਮਾਰ ਕਰ ਸਕਦੀ ਹੈ। ਇਹ ਤਾਂ ਚਲੋ ਅੱਛਾ ਹੈ ਵੀ ਇੱਥੇ ਕੋਈ ਜਾਨਵਰ ਨਹੀਂ ਕੋਈ ਲੈ ਕੇ ਆਇਆ, ਆਪਣੇ ਪਸ਼ੂ ਚਰਾਣ ਜਾਂ ਗਊਆਂ ਵਾਲੇ ਬੈਠੇ ਆ ਪੁਲ ਦੇ ਨਾਲ, ਅਤੇ ਕੋਈ ਵੀ ਜਾਨੀ ਨੁਕਸਾਨ ਵੀ ਹੋ ਸਕਦਾ, ਪਰ ਜੀਵ ਜੰਤੂ ਛੋਟੇ ਜਿਹੜੇ ਹੈ ਉਹ ਤਾਂ ਝੁਲਸੇ ਗਏ ਵਿਚਾਰੇ, ਉਹ ਦੇਖੋ ਉਹ ਕਿੰਨਾ ਸਰਕੰਡੇ ਦਾ ਨੁਕਸਾਨ ਹੋਇਆ। ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ। ਹਾਂ, ਚਾਹੀਦਾ, ਚਾਹੇ ਪੰਚਾਇਤ ਦੇ ਅੰਡਰ ਹੈ, ਚਾਹੇ ਕਿਸੇ ਦੇ ਅੰਡਰ ਹੈ, ਚਾਹੇ ਪਿੰਡ ਦੀ ਸੋਸਾਇਟੀ ਹੈ, ਉਹ ਦੇਖੇ, ਪਰ ਇਹ ਕੰਟਰੋਲ ਪਿਛਲੇ ਕਈ ਸਾਲਾਂ ਤੋਂ ਨਹੀਂ ਹੋ ਪਾ ਰਿਹਾ।
ਔਰ ਨੁਕਸਾਨ ਹੀ ਹੁੰਦਾ। ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ ਕਿ ਭਾਵੇਂ ਕਿ ਹਰ ਸਾਲ ਇਸ ਜਗ੍ਹਾ ਉੱਤੇ ਅੱਗ ਲੱਗਦੀ ਹੈ, ਪਰ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਅਧਿਕਾਰੀਆਂ ਵੱਲੋਂ ਜਾਰੀ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਸਾਲ ਅੱਗ 'ਤੇ ਕਾਬੂ ਪਾਇਆ ਜਾ ਸਕਦਾ, ਪਰ ਲੇਕਿਨ ਪਾਉਣ ਤੋਂ ਬਾਅਦ ਕਿਤੇ ਨਾ ਸਬਕ ਲੈਣਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਲੋੜ ਹੈ ਕਿ ਕਾਰਨ ਕੀ ਬਣਦੇ ਨੇ, ਕਿਉਂ ਅੱਗ ਲੱਗਦੀ ਹੈ ਜਗ੍ਹਾ ਉੱਤੇ, ਕਿਉਂ ਹਰ ਸਾਲ ਜਿਹੜਾ ਮਹਿੰਗਾ ਸਰਕੰਡਾ ਜਾਂ ਫਿਰ ਕੋਈ ਮਹਿੰਗੇ ਦਰਖਤ ਨੇ ਉਹ ਸੜਕੇ ਸਵਾਹ ਹੁੰਦੇ ਨੇ, ਜਿਹੜੇ ਬੇਜਵਾਨ ਜਾਨਵਰ ਨੇ ਉਹਨਾਂ ਦੀ ਕਿਉਂ ਮੌਤ ਦੀ ਬਲੀ ਜਿਹੜੀ ਚੜ੍ਹਦੀ ਹੈ। ਪਰ ਕਿਤੇ ਨਾ ਕਿਤੇ ਹੁਣ ਇਹ ਵੱਡੀਆਂ ਜਿਹੜੀਆਂ ਲੋਕਾਂ ਦੇ ਵੀ ਸਵਾਲ ਨਿਸ਼ਾਨੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਮੁੱਲਾਂ ਭਗੀਰਾਂ ਦੇ ਵਿੱਚ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜ਼ਰੂਰ ਖੜ੍ਹੀ ਹੋਣੀ ਚਾਹੀਦੀ ਹੈ, ਜੋ ਕਿਤੇ ਵੀ ਅੱਗ ਲੱਗਦੀ ਹੈ, ਕਿਸੇ ਘਰ ਨੂੰ ਅੱਗ ਲੱਗਦੀ ਹੈ, ਕਿਤੇ ਸਰਕੰਡੇ ਨੂੰ ਅੱਗ ਲੱਗਦੀ ਹੈ, ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਮੌਕੇ 'ਤੇ ਕਾਬੂ ਪਾਇਆ ਜਾ ਸਕੇ, ਕਿਉਂਕਿ ਖਰੜ ਤੋਂ ਜਾਂ ਮੋਹਾਲੀ ਤੋਂ ਜਿਹੜੀਆਂ ਗੱਡੀਆਂ ਜਿਹੜੀਆਂ ਮੰਗਵਾਉਣੀਆਂ ਪੈਂਦੀਆਂ ਨੇ, ਜਿਸ ਕਾਰਨ ਜਿਹੜਾ ਲੇਟ ਹੋਣ ਕਾਰਨ ਜਿਹੜਾ ਕਾਫੀ ਨੁਕਸਾਨ ਉਸ ਸਮੇਂ ਦੌਰਾਨ ਜਿਹੜਾ ਹੋ ਜਾਂਦਾ ਹੈ, ਜਦੋਂ ਅਗਰ ਟਾਈਮ 'ਤੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਖੜ੍ਹੀ ਹੋਵੇ ਤਾਂ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ।